ਮਾਸਟਰ ਜੀ ਨਹੀਂ ਆਏ ਛੁੱਟੀ ਕਰ ਚੱਲ ਜਾ ਸਲਾਮ ਅਲੈਕੁਮ ਤੇ ਜੀ ਜਿਵੇਂ ਕਾਇਦਾ ਪੜਨ ਆਇਆ ਇੱਥੇ ਜਾਨੀ ਜੀ ਔਰ ਮਾਨੀ ਜੀ ਬੀਬੀ ਜੀ ਇਹ ਮੇਰੇ ਹਸਬੰਡ ਹੈ ਇਹ 5 ਕਰੋੜ ਰੁਪਏ ਦਾ ਲਿਆ ਜੀ ਜੀ ਹਾਂ 15 ਕੁੱਤੇ ਆਉਣੇ ਸਨ ਏਡੇ ਏਡੇ ਵੱਡੇ ਮੂੰਹ ਵਾਲੇ बंब चलाया बंब चलिया ही नहीं कहिंदा लो जिहो जी भैण गंदी उहो जिहा असला गंदा अपनी वोटी जुतियां मार ला पाया कहता तेन तो क्या मुंडा होना चाहिए कहती चवला जी मैं तिरते रही भी नहीं सी ਇਹੋ ਜਿਹੇ ਬੰਦੇ ਜੀਓ ਤੇ ਆ ਕੇ ਕਹਿੰਦੇ ਜਦ ਮੇਰੀ ਦੋਨੋਂ ਪੈਰੇ ਉਠਾਏਗੀ ਮੈਂ ਪਾਸ ਹੀ ਖੜਾ ਹੋਆ ਦਾ ਉਹ ਬਗੈਰ ਤਾਂ ਘੋੜਾ ਲੈ ਕੇ ਬਗਲ ਜਾ ਤੂੰ ਔਰ ਚੱਲ ਮੇਰੀ ਤੇ ਬੇਵਕੂਫੀ ਨੇ ਇਹ ਕਿੱਡਾ ਨਾ ਲੈ ਕੇ ਅੱਲਾ ਨੇ ਧੀ ਦਿੱਤੀ ਤੇ ਜਾ ਕੇ ਨਾਈ ਲੈ अपनी बीवी कहिंदा जानू मैनू तेरे को पुत्र चाहिदा एडी तेज उन्हें बैठ थलो मुंडा फड़ा ता कट गया वह मुंडा इत्थे सिर बन के फिरी जान दे देखो इहो जे बंदे अपने घर बह के सोच रहे हुंदे यार मेरे गुरदे भी काम करदे अब मेरा जिगर भी काम करदा मैं क्यों नहीं कम करता और एहो जे मुंडे अपनी सिस्टर नूं कह रहे थे आ वेख लै आ नाल वाले ने गड्डी ले ली है तू घर ही बैठी रही डब्बे अपने चलाकी करके रौला पत्त कहता डब्बे सप जो डब्बे सप जे सारियां सवारियां उतर गईयां कल्ला ही सौं गया डेढ़ घंटे बाद उठ के टीटी पहुंचा भाजी फैसलाबाद आ गया और कहा नहीं बई डब्बे सप जो डब्बा ही ते चढ़ गए फिल्म वेखण वास्ते शान ने कहा मैं सारे कंजर मार देंगा ये अपने नाजर कदल लै कुड़ी हवाईओ क्रैश ले चुकी साडा की कसूर ਇਹਨੂੰ ਕਿਸੇ ਨੇ ਕਿਹਾ ਕਿ ਬੰਦਾ ਸ਼ਰਾਬ ਪੀ ਕੇ ਸੱਚ ਬੋਲਦਾ ਇਹਨੇ ਆਪਣੇ ਬੁੱਢੀ ਨੂੰ ਸ਼ਰਾਬ ਪਿਆਤੀ ਕਹਿੰਦਾ 10 ਪੀ ਕੇ ਮੈਨੂੰ ਇਹ ਵੱਡਾ ਮੁੰਡਾ ਕਿਹਦਾ ਹੀ ਉਹ ਨਸ਼ੇ ਚ ਹੋ ਗਈ ਕਿ ਵੱਡਾ ਮੈਂ ਦੱਸਦੀ ਹਾਂ ਵੱਡਾ ਇਹਦਾ ਤੇ ਨਹੀਂ ਉਹਦਾ ਤੇ ਨਹੀਂ ਉਹਦਾ ਤੇ ਨਹੀਂ ਕਹਿੰਦੀ ਫਿਰ ਮੰਗਾ ਡਾਲਾ ਮੈਂ ਫੇਰ ਦੱਸਾਂਗੀ ਓਏ ਵੱਡਾ ਮੁੰਡਾ ਹੁਣ ਕਿੱਥੇ ਹੈ ਉਹੀ ਤੇ ਮਾਂ ਦੀਆਂ ਐਟਮਾਂ ਕਰ ਕਰ ਵਹਾਉਣ ਦੇ ਆ ਮੈਂ ਇਹੋ ਜਿਹੇ ਮੁੰਡੇ ਵੀ
ਆਪਣੀ ਸਿਸਟਰ ਦੇ ਵਿਆਹ ਤੇ ਰੋਂਦੇ ਨਹੀਂ ਐਵੇਂ ਬਰਾਤੀ ਨੂੰ ਕਹੀਗਾ ਓਹੋ ਜਾਤੇ ਤਾਂ ਮੇਰਾ ਡਾਂਸ ਤਾਂ ਦੇਖਦੇ ਜਾਏ ਉਹ ਬਗੈਰ ਤਾਂ ਰੋਣਾ ਪੈਂਦਾ ਉੱਥੇ ਇਹਨਾਂ ਨੇ ਬਦਤਮੀਜ਼ੀ ਕੀ ਤਰਫ ਨਿਕਲੋ ਐਨਕਾ ਮੇਰੇ ਸਾਥ ਇਹ ਮੇਰਾ ਖਿਆਲ ਡੈਫੀਨੇਟਲੀ ਮੇਰੇ ਦੋਵੇਂ ਸਾਲੇ ਨੇ ਜੀ ਨਹੀਂ ਕੌਣ ਨੇ ये मेरे सर्वेंट हैं। अच्छा अच्छा सर्वेंट क्वार्टर इधर फड़ो अब और आप इनके मुंह लग रहे हैं बदतमीज़ो मार कर चुकता कर पाला हार पाला पाला मेरे से इलेक्शन देख लो होता सी अच्छा हां फिर एक बंदे ने वोट पाया अच्छा ये भी होश हो गया वो बाद चो बदल गए दे हाथ ते मोरा लाउंदा रे यार ਇਸ ਗੱਲੋਂ ਤੂੰ ਚੰਗਾ ਹੈ ਭਾਈ ਇਹ ਵੀ ਇਲੈਕਸ਼ਨ ਦੇ ਖਲੋਤਾ ਅੱਛਾ ਸਦੂਕੜੀ ਫੁੱਲ ਸੀ ਇੱਕ ਬੰਦਾ ਉੱਤੇ ਵੋਟ ਰੱਖ ਕੇ ਚਲਾ ਗਿਆ ਉਸੇ ਵੋਟ ਦੀ ਵਜ੍ਹਾ ਨਾਲ ਕਾਮਯਾਬ ਹੋਇਆ ਸੀ ਇਹ ਸਭ ਤੋਂ ਪਹਿਲੇ ਮੈਂ ਇਹਨਾਂ ਦੀ ਗਲੀ ਪੱਕੀ ਕੀਤੀ ਐ ਤੁਰਿਆ ਜਾਣ ਲਿਆ ਤੇ ਪੈਰਾਂ ਥੱਲੇ ਕੀੜੀ ਆਉਣ ਲੱਗੀ ਇਹਨੇ ਕੀੜੀ ਚੁੱਕਿਆ ਤਦ ਰੱਖ ਲਈ ਕੀੜੀ ਕਹਿੰਦੀ ਭਰਾਵਾ ਤੇਰੀ ਮਿਹਰਬਾਨੀ ਤੂੰ ਮੇਰੀ ਜ਼ਿੰਦਗੀ ਬਚਾਈ ਮੇਰੀ ਤੇ ਅੱਜ ਸਾਲਗਿਰਾ ਸੀ ਬਗਰਦ ਕਹਿੰਦਾ ਅੱਛਾ ਹੈਪੀ ਬਰਥਡੇ ਇਹ ਕਬਰਸਤਾਨ ਮੋਢੇ ਤੇ ਜਨਾਜ਼ਾ ਚੁੱਕਿਆ ਤੇ ਕਬਰਾਂ ਦੇ ਉੱਤੇ ਪੈਰ ਰੱਖਦਾ ਜਾਣ ਡਿਆ ਇਹਨੂੰ ਮੈਂ ਕਿਹਾ ਥੱਲੇ ਕਬਰਾਂ ਹੀ ਕਹਿੰਦਾ ਉੱਤੇ ਕਦੋਂ ਮੈਂ VCR ਚੁੱਕਿਆ ਤੇ ਇਹਦਾ ਪਿਓ ਮਰ ਗਿਆ ਉਹਦੇ ਮੂੰਹ ਚ ਰੂਹ ਤੁੰਨਿਆ ਆਪਣੀ ਮਾਂ ਨੂੰ ਜਾ ਕਹਿੰਦਾ ਕਦੋਂ ਅੱਬਾ ਮਰਿਆ ਉਹ ਤਾਂ ਲੱਛਾ ਖਾਣ ਡਿਆ ਆਪ ਬਦਤਮੀਜ਼ੀ ਕਰ ਰਹੇ ਬੇਗਮ ਅੱਛਾ ਜਾਨੂ ਮੈਨੂੰ ਨੀਂਦ ਆ ਰਹੀ ਹੈ ਮੈਂ ਜਾ ਰਹੀ ਹਾਂ ਦੇਖ ਲਓ ਤੁਸੀਂ ਕੀ ਬਸ਼ਗੁਨੀ ਦੀਆਂ ਗੱਲਾਂ ਕਰਨ ਦੇ ਆਪਣਾ ਹੱਕ ਪੈਰ ਦੱਸ ਦਿਓ ਕਿੰਨਾ ਜੀ ਹੱਕ ਮੈਂ ਹੈ ਹਾਂ ਹਾਂ ਨਹੀਂ ਨਹੀਂ ਫਿਰ ਰਹਿਣੇ ਦੇ ਆਪ ਨਹੀਂ ਇਹ ਤਾਂ ਅਦਾ ਕਰਨਾ ਪੜਤਾ ਹੈ ਬਤਾਈਂ ਕਿਤਨਾ ਹੱਕ ਪੈਰ ਹੈ ਭਈ ਆਪ ਰਹਿਣੇ ਦੋ ਨਾ ਨਹੀਂ ਇਹ ਦੇਣਾ ਪੈਂਦਾ ਕੀ ਕਰਦੇ ਪਏ ਕਿੰਨਾ ਹੈ ਅੱਛਾ ਤੋ ਸਿਰਫ 2 ਲੱਖ ਕਿੰਨਾ ਜੀ 2 ਲੱਖ ਉਹ ਕੋ ਲੈਣ ਦੇਣ ਵਾਲੀ ਗੱਲ ਕਰੋ 2 ਲੱਖ ਲੈ ਇਕਬਾਲ ਟਾਊਨ ਨਾਲ 1500 ਰੇਟ ਚੱਲਣ ਡਿਆ ਪਹੁੰਚ ਗਿਆ ਹੀ ਤੁਹਾਡੇ ਘਰ ਤੈਨੂੰ ਮੈਂ ਕਿਹਾ ਸੀ ਉਹ ਨੁਕਰ ਵਾਲੀ ਤਖਤੀ ਹਟਾ ਦੇ ਉੱਥੋਂ ਤੇ ਤੂੰ ਵੀ ਤੇ ਲੜ ਉੱਥੇ ਮਸ਼ੀਨਾਂ ਤੁਹਾਡੀਆਂ ਹੀ ਨੇ ਅੱਛਾ ਹੁਣ ਕਾਰੀਗਰ ਨੂੰ ਕੁਝ ਨਹੀਂ ਕਹਿਣਾ ਮੈਂ ਤੇ ਤੇਲ ਤੂਲ ਦਿੰਦਾ ਹੁੰਦਾ ਬਸ ਤੂੰ ਤੇਲ ਐਡਾ ਲੈ ਕੇ ਫਿਰਨੀ ਆਪਣਾ ਸਲਾਮੀ ਨਹੀਂ ਦਿੱਤੀ ਬਦਤਮੀਜ਼ਾ ਬਗੈਰਤਾ ਇਹ ਸਲਾਮੀ ਦੇ ਦਿੱਤੀ ਮੈਂ SHO ਨਾਲ ਵਿਆਹ ਕੀਤਾ ਅੱਗੇ ਤੈਨੂੰ ਇਸੇ ਕੰਮ ਖੜਦੇ ਸੀ ਅੱਜ ਤੂੰ ਲੈ ਚੱਲਣਾ ਸਾਰੀਆਂ ਮਸੂਰੀਆਂ ਸਜਾਉਂਦਾ ਨਾ ਲੋਕਾਂ ਦੇ ਘਰਾਂ ਸਜਾ ਔਰ ਮੁੰਡੇ ਨਹਿਰ ਤੇ ਨਹਾਉਂਦੇ ਹੋ ਨਾ ਇਹੋ ਜਿਹਾ ਮੁੰਡਾ ਨਹਾਉਣ ਜਾਵੇ ਉਹ ਨਹਾਉਂਦੇ ਮੁੰਡੇ ਵਿੱਚ ਕਹਿੰਦੇ ਲਓ ਆ ਗਿਆ ਹੁਣ ਫਿਰ ਨਹਾਉਣਾ ਪੈਣਾ ਤਾਰੀ ਸਕੰਦਰ ਤਾਰੀ ਭਾਈ ਦੋਸਤੋ ਹਾਂਜੀ ਸ਼ੋਰ ਨਹੀਂ ਪਾਣਾ ਹੈ ਸ਼ੋਰ ਨਹੀਂ ਪਾਣਾ ਵਜਾ ਤੇਰਾ ਨਿਸ਼ਾਨਾ ਮਿਸ ਹੁੰਦਾ ਅੱਗੇ ਤੇਰੇ ਵਰਗਾ ਕਾਰੀਗਰ ਹੋਵੇ ਤੇ ਨਿਸ਼ਾਨਾ ਮਿਸ ਹੋਣ ਦਿੰਦਾ ਇਹਦਾ 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 ਕੁੱਤਾ ਰੇਸ ਦੌੜਨ ਦੇ ਇਹ ਮਗਰੋਂ ਕਹਿੰਦਾ ਕਮ ਆਨ ਟੋਮੀ ਕਮ ਆਨ ਉਹ ਰੇਸ ਛੱਡ ਕੇ ਵਾਪਸ ਆ ਗਿਆ ਸਾੜਿਆ 5 ਮਿੰਟ ਬਾਅਦ ਕਹਿ ਲਈ ਨਾ ਤੂੰ ਵਾਪਸ ਆਂਦਾ ਨਾ ਉਹ ਚਵਲ ਗੱਲ ਕਰਦਾ ਉਹ ਤੈਨੂੰ ਕੁੱਤੇ ਤੇ ਸ਼ੇਰ ਦੀ ਤਮੀਜ਼ ਨਹੀਂ ਆ ਨਹੀਂ ਤੂੰ ਹੈ ਸ਼ੇਰ ਬਲ ਕਿਹੜਾ ਸ਼ੇਰ ਹੀ ਜਿਹੜਾ ਜਿਹਨੂੰ ਕੁੱਤਾ ਪੈਪਾਂ ਨੂੰ ਲੈ ਗਿਆ ਸੀ ਉਹ ਵੇਖ ਨਾ ਲੈ ਕਾ ਜੇ ਇਹੋ ਜਿਹੇ ਸ਼ੇਰ ਵੀ ਹੁੰਦੇ ਨੇ ਜਿਹੜੇ ਨਾਲ ਦੇ ਸ਼ੇਰ ਨੂੰ ਕਹਿ ਲੈਂਦੇ ਨੇ ਓਏ ਜਾਨ ਸਿਰਫ ਰਿਸ਼ਤੇ ਹੀ ਨਹੀਂ ਕੱਢਦੇ ਦਬਕੇ ਨਾਲ ਵੀ ਨਿਕਲ ਜਾਂਦੀ ਜੇ ਮੈਨੂੰ ਇਹੋ ਜਿਹੇ ਸ਼ੇਰ ਦਾ ਜਿਹੜਾ ਦਬਕੇ ਨੇ ਜਾਨ ਨਿਕਲ ਜਾਂਦੀ ਇਹੋ ਜਿਹੇ ਸ਼ੇਰ ਵੀ ਨਾਲ ਦੇ ਸ਼ੇਰ ਨੂੰ ਕਹਿਣ ਦੇ ਹੁੰਦੇ ਉਹ ਭਲਵਾਨ ਆ ਜਦੋਂ ਕੁੱਤੇ ਭੌਂਕਦੇ ਮੇਰੇ ਤੇ ਪੈਰਾਂ ਥੱਲੇ ਉਹ ਜ਼ਮੀਨ ਨਿਕਲ ਜਾਂਦੀ ਉਹ ਵੇਖ ਕਿਹੜਾ ਬੇਵਕੂਫ ਸ਼ਨਾਖਤੀ ਕਾਰਡ ਬਣਿਆ ਪਿਆ ਲੈਣ ਨਹੀਂ ਜਾਣ ਡਿਆ ਕਿਉਂ ਉਹ ਕਹਿੰਦੇ ਅੱਬੇ ਦਾ ਨਾਂ ਲਿਖਾ ਕੇ ਲੈ ਜਾ ਇਹਦੀ ਮਾਂ ਨੇ ਵੀ ਸ਼ਨਾਖਤੀ ਕਾਰਡ ਬਣਾਇਆ ਉਹਨਾਂ ਨੇ ਉੱਤੇ ਬੇਵਾ ਲਿਖਤਾ ਇਹਦੀ ਮਾਂ ਉੱਥੇ ਪਹੁੰਚ ਗਈ ਇਹਦੇ ਪਿਓ ਨੂੰ ਲੈ ਕੇ ਕਹਿੰਦੀ ਮੇਰਾ ਖਾਮ ਜ਼ਿੰਦਾ ਤੁਸੀਂ ਬੇਵਾ ਲਿਖਿਆ ਇਹਨੂੰ ਠੀਕ ਕਰੋ ਉਹਨੇ ਦਰਾਜ਼ ਖੋਲਿਆ ਬੰਦੂਕ ਕੱਢ ਕੇ ਠਾ ਗੋਲੀ ਮਾਰ ਕੇ ਕਹਿੰਦਾ ਇਹਨੂੰ ਠੀਕ ਹੋ ਗਿਆ ਆ ਨਹੀਂ ਸ਼ਨਾਖਤੀ ਕਾਰਡ ਗੱਲ ਬਣ ਜਾਂਦੇ ਨੇ ਇਹਦੀ ਮਾਂ ਬੇਵਾ ਸੀ ਉਹਨਾਂ ਨੇ ਸ਼ਾਦੀਸ਼ੁਦਾ ਲਿਖਤਾ ਅੱਛਾ ਗਈ ਫਿਰ ਦਫ਼ਤਰ ਕਹਿੰਦੀ ਬੰਦਾ ਪੂਰਾ ਕਰਕੇ ਦਿਓ ਉਹਨਾਂ ਫਿਰ ਟੋਰਿਆ ਕਮੀਆਂ ਵਾਲੀ ਦਾ ਜਵਾਨ ਨਾਲ ਉਹਨੇ ਪਹਿਲੇ ਦਿਨ ਇਹਨਾਂ ਦੇ ਘਰ ਆ ਕੇ ਮਗਾ ਜਾਲਾ ਅਮੀਰ ਆਦਮੀ ਜਦੋਂ ਵੀ 7ਵੀਂ ਬਿਲਡਿੰਗ ਤੇ ਖਲੋਤਾ ਉਹ ਆਪਣੇ ਬੱਚਿਆਂ ਨੂੰ ਕਹਿੰਦਾ ਉਹ ਦੇਖੋ ਨੀਚੇ ਗਾੜੀਏ ਜਾ ਰਹੀ
ਉਹ ਦੇਖੋ ਪਲਾਜ਼ਾ, ਉਹ ਦੇਖੋ ਸਵਿਮਿੰਗ ਪੂਲ। ਗਰੀਬ ਆਦਮੀ ਜਦੋਂ ਵੀ 7ਵੀਂ ਬਿਲਡਿੰਗ ਤੇ ਖਲੋਤਾ ਉਹ ਆਪਣੇ ਬੱਚੇ ਨੂੰ ਇਹੀ ਕਹਿੰਦਾ ਹੈ, ਇਹ ਵੇਖਣਾ ਸਭ ਤੋਂ ਪਹਿਲੇ ਥੁੱਕ ਮੇਰਾ ਥੱਲੇ ਜਾਏਗਾ। ਥੁੱਕ ਆਵੇ ਨਹੀਂ ਵੀ ਸੱਚਾ ਹੈ, ਸੱਚਾ ਹੈ। ਉਹ ਸੋਹਣਿਆ, ਥੁੱਕ ਦੀ ਕਦਰ ਤੈਨੂੰ ਹੀ ਹੋ ਸਕਦੀ ਹੈ। ਭਾਜੀ ਆੜਤੀ ਹੈ, ਪੈਸੇ ਗਿਣਦੇ ਤੇ ਬੱਤੀ ਤੇ ਜ਼ਮਾਨਾ ਪਾਈ, ਜ਼ਮਾਨੇ ਨੂੰ ਅੱਗ ਲੱਗੀ ਪਈ। ਦੌਰ ਹੀ ਠੀਕ ਨਹੀਂ ਹੈਗਾ। ਸਾਡੇ ਮਹੱਲੇ ਇੱਕ ਕੁੜੀ ਸੀ, ਉਹ ਡਰਾਮਿਆਂ ਦੇ ਵਿੱਚ ਗੰਦੇ ਗਾਣਿਆਂ ਤੇ ਡਾਂਸ ਕਰਦੀ ਸੀ ਖੁੱਲੇ ਗਲੇ ਪਾ ਕੇ। ਅੱਲਾ ਮਾਫੀ, ਉਹਦੇ ਭਰਾ ਦਾ ਨੱਕ ਐਡਾ ਵੱਡਾ ਹੋ ਗਿਆ ਸੀ। ਜ਼ਮਾਨੇ ਖਰਾਬ ਹੋ ਗਏ, ਭਗਤੀ ਪੈਣਾ ਹੋ ਗਿਆ ਜਨਾਬ। ਸਾਡੇ ਮਹੱਲੇ ਕੁੜੀ ਸੀ ਜਨਾਬ, ਸ਼ੁਕਰ ਹੈ ਭਾਈ ਹਜ ਤੇ ਚਲੀ ਗਈ, ਛੇਤੀ ਉਮਰ ਸੁਣੀ ਗਈ। ਸ਼ੁਕਰ ਸਾਲਿਆ, ਬੈਂਕਾਕ ਕਿਹੜਾ ਹਜ ਹੁੰਦਾ ਜੀ। ਭਾਈ ਜੀ ਕੁੜੀ ਸੀ ਸਾਡੇ ਮਹੱਲੇ, ਦੋ ਪੁੱਤਰ ਹੋਏ ਉਹਦੇ, ਵਿਆਹ ਨਹੀਂ ਸੀ ਉਹਦਾ ਹੋਇਆ, ਲੇਕਿਨ ਉਹਦਾ ਭਰਾ ਚਿੱਟਾ ਸਾਫਾ ਪਾ ਕੇ ਬੈਠਾ ਰਹਿੰਦਾ ਸੀ। ਤੈਨੂੰ ਮੈਂ ਕਿਹਾ ਸੀ ਨਾ ਮੇਰੇ ਨਾਲ ਨਾ ਬਟਾ। ਉਹਦਾ ਇੱਕ ਪੁੱਤਰ ਉੱਤੇ ਹੀ ਖਲੋਤਾ ਰਹਿੰਦਾ ਸੀ, ਇੱਕ ਪੌੜੀਆਂ 'ਚ ਬੈਠਾ। ਅੱਛਾ ਪੌੜੀਆਂ ਦਾ ਮੈਂ ਨਹੀਂ ਵੇਖਿਆ, ਉਤਲਾ ਮੈਂ ਵੇਖ ਲਿਆ, ਉਹ ਖਲੋਤਾ ਹੁਣ ਮੈਨੂੰ ਧਿਆਨ 'ਚ ਪਿਆ। ਬਗੈਰ ਤਾਂ ਕਿਆ ਸੀ ਗੱਲ ਕੀਤੀ, ਬੰਦਾ ਛਾਲ ਵੀ ਨਹੀਂ ਮਾਰ ਸਕਦਾ। ਆ ਗਈ ਜੀ ਜ਼ਮਾਨਾ ਖਰਾਬ ਹੋ ਗਿਆ, ਬੜਾ ਭੈੜਾ ਵਕਤ ਆ ਗਿਆ। ਸਾਡੇ ਮਹੱਲੇ ਇੱਕ ਬੰਦਾ ਸੀ ਜਨਾਬ, ਅੱਛਾ ਜੀ, ਹੈ ਬੇਸਿਕਲੀ ਪੱਤੋ ਕੀ ਦੇ ਕੰਜਰ ਸਨ। ਉਹ ਤਿਆਰੀ ਫੜ ਬਈ, ਤੂੰ ਹੀ ਹੋਣਾ, ਮੈਂ ਤੇ ਇੱਥੇ ਚਾਹ ਦੇ ਭਾਂਡੇ ਲੈਣ ਆਇਆ। ਇਹ ਜੋ ਮਰਜ਼ੀ ਲੈ ਲੈ, ਕੋਈ ਗੱਲ ਨਹੀਂ, ਹੈ ਪੱਤੋ ਕੀ ਦੇ ਸਾਡੇ ਪਿੱਛੋਂ। ਅੱਛਾ, ਲੇਕਿਨ ਉਹਨੂੰ ਕੋਈ ਹਜ਼ਾਰ ਹੀ ਸੀ, ਸਾਰਾ ਦਿਨ ਸਿਰ ਬਣ ਕੇ ਫਿਰੀ ਜਾਵੇ, ਇਸ ਤਰ੍ਹਾਂ ਪੱਤੋ ਕੀ ਪਰੇ ਹੋ ਜਾਏਗੀ ਜਾਂ ਕੰਜਰ। ਬਈ ਦੋਸਤੋ, ਕੀ ਸ਼ੋਰ ਨਹੀਂ ਕਰਨਾ, ਮੈਂ ਤੈਨੂੰ ਕਹਿ ਰਿਹਾ, ਤੇਰੇ ਡਾਕੇ ਖੋਲਣ ਲੱਗੇ। ਜ਼ਲੀਲ ਆਦਮੀ, ਮੇਰੇ ਕਿਉਂ ਟਾਂਕੇ ਖੁੱਲਣ ਲੱਗੇ ਨੇ। ਪਾਣੀ ਰੱਖ ਲਓ, ਪਾਣੀ ਜੱਗ ਚ ਪਿਆ। ਅੱਛਾ ਜੀ, ਹਿਲਾ ਰਹੀ ਕਿਉਂਕਿ ਠੰਡਾ ਥੱਲੇ ਬੈਠਾ ਹੋਏਗਾ ਜੀ, ਮਤਾ ਘਬਰਾ ਜਾਏ। ਤੱਤਾ ਬਣਾਤਾ, ਤੱਤਾ ਬਣਾਤਾ। ਮੈਂ ਵੀ ਤੇਰਾ ਤਜਰਬਾ, ਤੈਨੂੰ ਪਤਾ ਕਿ ਠੰਡਾ ਥੱਲੇ ਬੈਠਾ ਹੁੰਦਾ। ਆਹ ਬੈਠੇ ਬੇਟੇ, ਸ਼ੋਰ ਨਹੀਂ ਕਰਨਾ, ਮੈਂ ਤੁਹਾਨੂੰ ਦੱਸਿਆ। ਕਿੱਧਰ ਕਿੱਧਰ ਹਾਂਜੀ ਕਿੱਧਰ? ਇੱਥੇ ਮੈਂ ਕੱਪੜੇ ਸੀਣੇ ਦਿੱਤੇ ਨੇ। ਚੱਲ ਜਲਦੀ ਜੀ, ਨਾ ਮੈਂ ਵੀ ਅੰਦਰ ਨਿੱਕਰ ਸੀਣੀ ਦਿੱਤੀ। ਕਿਉਂ ਸਵਾਨਾ, ਪਾਣੀ ਪੂਣੀ ਤਾਂ ਹੁੰਦੀ ਨੀ ਤੂੰ, ਪਾਗਲ ਹੋਇਆ। ਰੌਲੇ ਚ ਭੁੱਲਣਾ ਜਾਣਾ, ਆ ਮੇਰਾ ਤੀਸਰਾ ਨੰਬਰ ਆ। ਆਪਣਾ ਜਨਾਬ ਕਿੰਨਵਾ? ਤੀਸਰਾ। ਇੱਕ ਮਿੰਟ ਠਹਿਰ ਜਾ, ਇੱਕ ਦੋ ਤਿੰਨ, ਹਾਂ ਠੀਕ ਹੈ। ਇਹ ਬਗੈਰ ਤਾਂ ਕੀ ਕਹੀ ਜਾਂਦਾ ਉਹਨੂੰ? ਉਹ ਚਵੜੇ, ਉਹ ਮੇਰੀ ਗੱਲ ਤੇ ਸਮਝਿਆ ਹੀ ਨਹੀਂ, ਆਪਣੀ ਕਰ ਗਿਆ।